ਸਤ ਸ੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਤੇ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸ੍ਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਤੋਂ ਜੋ ਹੈ ਆਪਾਂ ਤਰਥਲੀ ਮੱਛ ਦੀ ਵੇਖ ਸਕਦੇ ਆ ਜੋ ਮੌਜੂਦਾ ਸਥਿਤੀਆਂ ਬਣੀਆਂ ਹੋਈਆਂ ਨੇ ਗੱਲ ਕਰਾਂਗੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹਨਾਂ ਨੇ ਇੱਕ ਅਜਿਹਾ ਟਵੀਟ ਕੀਤਾ ਇੱਕ ਰਾਜਨੀਤਿਕ ਪਰਿਵਾਰ ਦੇ ਉੱਤੇ ਅਜਿਹਾ ਟਵੀਟ ਕੀਤਾ ਗਿਆ ਇਸ ਉੱਪਰ ਜੋ ਸਿਆਸਤੀਆਂ ਜਲੰਧਰ ਜ਼ਿਮਨੀ ਚੋਂਦਿਓ ਪਰਿਜ਼ਾ ਕੀ ਅਸਰ ਪੈਂਦਾ ਦਿਖ ਸਕਦਾ ਉਸ ਦੇ ਉੱਪਰ ਵੀ ਚਰਚਾ ਜ਼ਰੂਰ ਕਰਾਂਗੇ ਨਾਲ ਦੀ ਨਾਲ ਨਵਜੋਤ ਸਿੰਘ ਸਿੱਧੂ ਜਿਹੜੀ ਕੱਲ ਬੱਸ ਵਿੱਚ ਚੜੇ ਚਰਚਾ ਦਾ ਵਿਸ਼ਾ ਉਹ ਵੀ ਹੈ ਕਾਂਗਰਸੀਆਂ ਦੀ ਏਕਤਾ ਜ਼ਰੂਰ ਨਜ਼ਰ ਆਈ ਹੈ ਜ਼ਿਕਰ ਜ਼ਰੂਰ ਕਰਾਂਗੇ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਸਾਬਕਾ ਮੁੱਖ ਮੰਤਰੀ ਅਤੇ ਪ੍ਰਧਾਨ ਤੇ ਐਲੋਪੀ ਵੀ ਨਜ਼ਰ ਆਏ ਨਵਜੋਤ ਸਿੰਘ ਸਿੱਧੂ ਜੋ ਹੈ ਬੀਬੀ ਰਜਿੰਦਰ ਕੌਰ ਪਠੱਲ ਦੇ ਨਾਲ ਨਜ਼ਰ ਆਏ ਜਿਹੜੇ ਜਲੰਧਰ ਜ਼ਿਲ੍ਹੇ ਚੋਂ ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਨਜ਼ਰ ਆਏ ਸੋ ਕੀ ਲੱਗਦਾ ਹੈ ਕਿ ਵਾਕਈ ਕਾਂਗਰਸ ਦੀ ਜਿਹੜੀ ਏਕਤਾ ਵਾਲੀ ਬਾਸ ਹੈ ਨੇ ਪੂਰੀ ਸਪੀਡ ਪਕੜ ਲਈ ਹੈ ਤੇ 2024 ਤੱਕ ਇਹ ਹੀ ਸਪੀਡ ਨਜ਼ਰ ਆਏਗੀ ਇਸ ਦੇ ਉੱਪਰ ਵੀ ਆਪਾਂ ਚਰਚਾ ਜ਼ਰੂਰ ਕਰਾਂਗੇ ਕਿਉਂਕਿ ਜਿਸ ਸਪੀਡ ਦੇ ਨਾਲ ਬੀਬੀ ਕਰਮਜੀਤ ਕੌਰ ਦੇ ਕਾਗਜ਼ ਭਰੇ ਗਏ ਨੇ ਤੇ ਕੀ ਇਹ ਸਿਰਫ ਇੱਥੇ ਤੱਕ ਹੀ ਤਾਂ ਨਹੀਂ ਮਾਮਲਾ ਸੋ ਅੱਗੋਂ ਵੀ ਕੀ ਲੱਗਦਾ ਹੈ ਕਿ ਇਸੇ ਤਰ੍ਹਾਂ ਨਾਲ ਸਿਲਸਿਲਾ ਕਾਂਗਰਸ ਪਾਰਟੀ ਦਾ ਇਕਤਾ ਭਰਿਆ ਸਿਲਸਿਲਾ ਬਰਕਰਾਰ ਰਹੇਗਾ ਜਾਂ ਨਹੀਂ ਉਂਝ ਗੱਲ ਆਪਾਂ ਇਹ ਵੀ ਜ਼ਰੂਰ ਕਰਨੀ ਹੈ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਚੈੱਕ ਵੰਡੇ ਨੇ ਬੜੇ ਵੱਡੇ ਵੱਡੇ ਚੈੱਕ ਸੀਗੇ ਆਪਾਂ ਕਹਿ ਸਕਦੇ ਹਾਂ 4 4 5 5 6 6 ਫੁੱਟ ਦੇ ਚੈੱਕ ਸੀ ਇੱਕ ਅੰਦਾਜ਼ਾ ਅਸੀਂ ਕਹਿ ਸਕਦੇ ਹਾਂ ਜ਼ਰੂਰ ਸੋ ਹਾਲਾਂਕਿ 101 20000 ਉਹਨਾਂ ਨੂੰ ਦਿੱਤਾ ਗਿਆ ਜਿਨ੍ਹਾਂ ਦੇ ਮਕਾਨ ਤਹਸ ਨਹਸ ਹੋ ਗਏ ਸੀ ਜਿਨ੍ਹਾਂ ਦੇ ਮਕਾਨਾਂ ਨੂੰ ਅਸੀਂ ਕਹਿ ਸਕਦੇ ਹਾਂ ਭਾਰੀ ਨੁਕਸਾਨ ਪਹੁੰਚਿਆ ਸੀ ਤੇ ਇਸ ਤੋਂ ਇਲਾਵਾ ਕਿਸਾਨਾਂ ਨੂੰ ਜਿਨ੍ਹਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਸੀ 15000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਕੰਮਲ ਨੁਕਸਾਨ ਵਾਲਾ ਮੁਆਵਜ਼ਾ ਵੀ ਦਿੱਤਾ ਗਿਆ ਪਰ ਇਸ ਸਬ ਦੇ ਬਾਵਜੂਦ ਹਾਲਾਂਕਿ ਅਸੀਂ ਕਹੀਏ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਆਵਜ਼ੇ ਦੇ ਚੈੱਕ ਵੰਡਣ ਦੀ ਸ਼ੁਰੂਆਤ ਤਾਂ ਕਰ ਦਿੱਤੀ ਗਈ ਹੈ ਪਰ ਕਿਸਾਨ ਕਿਹੜੀ ਗੱਲ ਤੇ ਹਲੇ ਵੀ ਨਾਰਾਜ਼ ਨੇ ਕਿ ਔਨ ਦੀ 18 ਅਪ੍ਰੈਲ ਨੂੰ ਧਰਨੇ ਫਿਰ ਤੋਂ ਸ਼ੁਰੂ ਕਰਨ ਜਾ ਰਹੇ ਨੇ ਸੋ ਧਰਨਿਆਂ ਦੀ ਸਿਆਸਤ ਵੀ ਜਿਹੜੀ ਹੈ ਇਸ ਨੂੰ ਵੀ ਤੁਹਾਡੇ ਤੋਂ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਸੋ ਇਹ ਸਾਰੇ ਅਹਿਮ ਮੁੱਦੇ ਨੇ ਜਿਨ੍ਹਾਂ ਉੱਪਰ ਆਪਾਂ ਅੱਜ ਗੱਲ ਅੱਗੇ ਵਧਾਵਾਂਗੇ ਦਲਾ ਜੀ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਸ਼ਾਮੀ ਜਿਹੜਾ ਇੱਕ ਟਵੀਟ ਕੀਤਾ ਉਸ ਟਵੀਟ ਦੇ ਉੱਪਰ ਸਿਆਸਤ ਵੀ ਹੋ ਰਹੀ ਹੈ ਰਾਜਨੀਤਿਕ ਮਤਲਬ ਕੀ ਕੱਡੇ ਜਾ ਸਕਦੇ ਨੇ ਇਸ ਟਵੀਟ ਦੇ ਇਹ ਵੀ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹਾਂਗੇ ਤੇ ਉਧਰ ਜਲੰਧਰ ਜ਼ਿਮਨੀ ਚੋਣ ਦੀ ਗੱਲ ਕਰੀਏ ਤਾਂ 10 ਮਈ ਨੂੰ ਚੋਣਾ ਸੀ ਸਾਰੇ ਜਾਣਦੇ ਆ ਤੇ ਕੀ ਇਸ ਟਵੀਟ ਦਾ ਅਸਰ ਜਲੰਧਰ ਜ਼ਿਮਨੀ ਚੋਣ ਤੇ ਵੀ ਪੈਂਦਾ ਨਜ਼ਰ ਆਏਗਾ ਕੀ ਕਹੋਗੇ ਤੁਸੀਂ ਹਰਜੋਤ ਜੀ ਭਗਵੰਤ ਮਾਨ ਨੇ ਕੱਲ ਦਾ ਦਿਨ ਬੜਾ ਪਲੈਨਿੰਗ ਦੇ ਨਾਲ ਕੱਢਿਆ ਕੱਲ ਸਵੇਰੇ ਤਾਂ ਉਹਨਾਂ ਨੇ ਚੈੱਕ ਵੰਡੇ ਚਲੋ ਗੱਲ ਆਪਾਂ ਬਾਅਦ ਚ ਕਰਾਂਗੇ ਤੁਸੀਂ ਸਵਾਲ ਕਰਨਾ ਹੈ ਸਵਾਲ ਸਭ ਤੋਂ ਪਹਿਲਾਂ ਕੱਲ ਸ਼ਾਮ ਦੇ ਟਵੀਟ ਦਾ ਕੱਲ ਸ਼ਾਮ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਿਕ ਟਵੀਟ ਕਰਦੇ ਨੇ ਕਹਿੰਦੇ 13 April 1991 ਨੂੰ ਜਲੀਆਂ ਵਾਲੇ ਬਾਗ 'ਚ 1000 ਤੋਂ ਵੱਧ ਲੋਕਾਂ ਨੂੰ ਸ਼ਹੀਦ ਅਤੇ 3100 ਤੋਂ ਵੱਧ ਲੋਕਾਂ ਨੂੰ ਜ਼ਖਮੀ ਕਰਕੇ ਜਨਰਲ ਡਾਇਰ ਇਨਾਂ ਦੇ ਘਰ ਸ਼ਰਾਬ ਨਾਲ ਡਿਨਰ ਕਰਨ ਪਹੁੰਚਿਆ ਸਾਨੂੰ ਪਤਾ ਹੈ ਕੱਲ ਸ਼ਹੀਦਾਂ ਦੀ ਯਾਦ ਦਾ ਦਿਨ ਸੀ ਜਲੀਆਂ ਵਾਲੇ ਬਾਗ ਵੱਡੀ ਗਿਣਤੀ ਲੋਕ ਸ਼ਰਧਾਂਜਲੀ ਦੇਣ ਪਹੁੰਚੇ ਦੁਨੀਆ ਭਰ ਦੇ ਵਿੱਚ ਜਲੀਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਔਰ ਸਾਡੇ ਸ਼ਹੀਦਾਂ ਨੇ ਬਦਲਾ ਵੀ ਲਿਆ ਸੀ ਸੋ ਉਦਮ ਸਿੰਘ ਸੁਨਾਮ ਵੀ ਜਾਣੇ ਜਾਂਦੇ ਨੇ ਬਦਲਾ ਲੈਣ ਦੇ ਲਈ ਹੁਣ ਭਗਵੰਤ ਮਾਨ ਨੇ ਜਿਹੜਾ ਟਵੀਟ ਕੀਤਾ ਉਹ ਕਹਿੰਦੇ ਇਹ ਪੂਰਾ ਕਾਂਡ ਕਰਕੇ ਜਨਰਲ ਡਾਇਰ ਕਿੰਨਾ ਦੇ ਘਰ ਸ਼ਰਾਬ ਨਾਲ ਡਿਨਰ ਕਰਨ ਪਹੁੰਚਿਆ ਹੁਣ ਇੱਕ ਪੋਲੀਟੀਕਲ ਪਰਿਵਾਰ ਦਾ ਨਾਮ ਲਿਆ ਹੈ ਭਗਵੰਤ ਮਾਨ ਨੇ ਮੈਂ ਉਸ ਪਰਿਵਾਰ ਦਾ ਨਾਮ ਨਹੀਂ ਲੈਣਾ ਪਰ ਸਵਾਲ ਇਹ ਹੈ ਕਿ ਹੁਣ ਉਸ ਪਰਿਵਾਰ ਵੱਲੋਂ ਕਿਸੇ ਤਰ੍ਹਾਂ ਦਾ ਰਿਐਕਸ਼ਨ ਆਏਗਾ ਉਹ ਰਿਐਕਸ਼ਨ ਜਦੋਂ ਆਏਗਾ ਤੇ ਫਿਰ ਗੱਲ ਅਸੀਂ ਅੱਗੇ ਵਧਾਵਾਂਗੇ ਪਰ ਇਹ ਵੀ ਕਹਿੰਦੇ ਨੇ ਭਗਵੰਤ ਮਾਨ ਕਹਿੰਦੇ ਜਿਸ ਪਰਿਵਾਰ ਨੇ ਕਾਤਲ ਨੂੰ ਡਿਨਰ ਕਰਾਇਆ ਉਹ ਪਰਿਵਾਰ ਜਾਂ ਤਾਂ ਮੇਰੀ ਗੱਲ ਦਾ ਖੰਡਨ ਕਰੇ ਜਾਂ ਫਿਰ ਦੇਸ਼ ਵਾਸੀਆਂ ਤੋਂ ਮਾਫੀ ਮੰਗੇ ਇੱਕ ਨਵਾਂ ਮੁੱਦਾ ਪੰਜਾਬ ਦੀ ਪੋਲੀਟੀਕਲ ਸਿਆਸਤ ਦੇ ਵਿੱਚ ਭਗਵੰਤ ਮਾਨ ਲਿਆਏ ਨੇ ਹੁਣ ਇੰਤਜ਼ਾਰ ਉਸ ਪਰਿਵਾਰ ਦਾ ਹੈ ਕਿ ਉਹ ਪਰਿਵਾਰ ਕਿਸ ਤਰ੍ਹਾਂ ਨਾਲ ਰਿਐਕਸ਼ਨ ਦਿੰਦਾ ਹੈ ਕੀ ਉਹ ਭਗਵੰਤ ਮਾਨ ਦੀ ਗੱਲ ਦਾ ਖੰਡਨ ਕਰਨਗੇ ਭਗਵੰਤ ਮਾਨ ਕਹਿੰਦੇ ਉਹ ਦੇਸ਼ ਵਾਸੀਆਂ ਤੋਂ ਮਾਫੀ ਮੰਗਣ ਹੁਣੇ ਸਵਾਲ ਬਹੁਤ ਵੱਡਾ ਹੈ ਹੁਣ ਮੈਂ ਇਹ ਵੀ ਹਰਜੋਜੀ ਗੱਲ ਕਰੂੰਗਾ ਕਿ ਸਾਨੂੰ ਪਤਾ ਹੈ ਜਲੰਧਰ ਚ ਚੋਣ ਪ੍ਰਚਾਰ ਚੱਲ ਰਿਹਾ ਹੁਣ ਜਲੰਧਰ ਚ ਚੋਣ ਪ੍ਰਚਾਰ ਕਰ ਰਿਹਾ ਚੱਲ ਰਿਹਾ ਔਰ ਭਗਵੰਤ ਮਾਨ ਇਸ ਟਵੀਟ ਨੂੰ ਇਸ ਮੁੱਦੇ ਨੂੰ ਮੈਨੂੰ ਪੂਰਾ ਸੰਕੇਤ ਲੱਗਦਾ ਹੈ ਕਿ ਆਪਣੀਆਂ ਚੋਣ ਰੈਲੀਆਂ ਦੇ ਵਿੱਚ ਉਭਾਰਨਗੇ ਹੁਣ ਜਦੋਂ ਭਗਵੰਤ ਮਾਨ ਇਸ ਮਸਲੇ ਨੂੰ ਚੋਣ ਰੈਲੀਆਂ ਦੇ ਵਿੱਚ ਲੈ ਕੇ ਜਾਣਗੇ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਮੁੱਦਾ ਹੋਰ ਚਰਚਿਤ ਹੋਏਗਾ ਡਿਸਕਸ ਹੋਏਗਾ ਵਿਚਾਰਿਆ ਜਾਏਗਾ ਸੋ ਇੱਕ ਨਵਾਂ ਮੁੱਦਾ ਪੰਜਾਬ ਦੀ ਸਿਆਸਤ ਦੇ ਵਿੱਚ ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਜਲੀਆਂ ਵਾਲੇ ਬਾਗ ਦੇ ਸ਼ਹੀਦੀ ਜਿਹੜਾ ਸਾਡਾ ਦਿਹਾੜਾ ਸੀ ਕਾਂਡ ਦਾ ਦਿਨ ਸੀ ਉਸ ਦਿਨ ਭਗਵੰਤ ਮਾਨ ਨੇ ਉਭਾਰਿਆ ਔਰ ਆਉਂਦੇ ਦਿਨਾਂ ਦੇ ਵਿੱਚ ਇਹਦੇ ਤੇ ਜੰਮ ਕੇ ਹਰਜੋਜੀਤ ਸਿਆਸਤ ਹੋਣੀ ਹੈ ਹੁਣ ਮੈਂ ਉਸ ਪਰਿਵਾਰ ਦਾ ਨਾਂ ਨਹੀਂ ਲੈਂਦਾ ਪਰ ਉਹਨਾਂ ਦਾ ਰਿਐਕਸ਼ਨ ਕੀ ਹੋਏਗਾ ਇਹ ਬਹੁਤ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਸਿਆਸਤ ਹੈ ਜਿਹੜੀ ਹੁਣ ਮੈਨੂੰ ਲੱਗਦਾ ਉਹ ਸਿਆਸਤ ਹੱਦਾਂ ਬੰਨੇ ਟੱਪੇਗੀ ਇਹ ਨਿੱਜੀ ਇਲਜ਼ਾਮਬਾਜ਼ੀਆਂ ਤੇ ਪੰਜਾਬ ਦੀ ਸਿਆਸਤ ਆਏਗੀ ਇਸ ਤਰ੍ਹਾਂ ਦੀਆਂ ਧਾਰਨਾਵਾਂ ਹੁਣ ਫਿਕਸ ਕੀਤੀਆਂ ਜਾ ਰਹੀਆਂ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਲੋਂ। ਦਲਾ ਜੀ ਗੱਲ ਇੱਕ ਹੋਟ ਵੀਟ ਦੀ ਵੀ ਕਰਾਂਗੇ। ਕੱਲ ਸ਼ਾਮ ਨੂੰ ਬਿਕਰਮ ਮਜੀਠੀਆ ਨੇ ਵੀ ਇੱਕ ਟਵੀਟ ਕੀਤਾ ਤੇ ਭਗਵੰਤ ਮਾਨ ਦੇ ਉੱਪਰ ਬਹੁਤ ਤਿੱਖੇ ਸਿਆਸੀ ਨਿਸ਼ਾਨੇ ਵੀ ਉਹਨਾਂ ਨੇ ਲਗਾਏ ਨੇ। ਸੋ ਜ਼ਰੂਰ ਚਾਹਾਂਗੇ ਕਿ ਇਸ ਟਵੀਟ ਦਾ ਵੀ ਐਨਾਲਿਸਿਸ ਕਰਕੇ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ। ਹਰਜੋਤ ਜੀ ਅੱਜਕੱਲ੍ਹ ਸਿਆਸੀ ਲੜਾਈ ਟਵੀਟ ਦੇ ਜ਼ਰੀਏ ਹੁੰਦੀ ਹੈ। ਬਿਕਰਮ ਮਜੀਠੀਆ ਨੇ ਮੈਂ ਉਹਨਾਂ ਦੀ ਫੇਸਬੁੱਕ ਤੇ ਇੱਕ ਪੋਸਟ ਦੇਖੀ। ਕੱਲ ਸ਼ਾਮ ਉਹ ਕਹਿੰਦੇ ਉਹ ਵੀ ਭਗਵੰਤ ਮਾਨ ਤੇ ਸਿੱਧਾ ਹਮਲਾਵਰ ਉਹ ਕਹਿੰਦੇ ਤੂੰ ਇਧਰ ਉਧਰ ਕੀ ਬਾਤ ਨਾ ਕਰ ਇਹ ਬਤਾ ਕਿ ਕਾਫਲਾ ਕਿਵੇਂ ਲੁਟਾ ਸੋ ਹਿੰਦੀ ਬੜੀ ਚੰਗੀ ਲਿਖੀ ਵਿਕਰਮਜੀਤ ਜੀ ਨੇ ਸ਼ੇਅਰ ਪਤਾ ਨਹੀਂ ਮੈਨੂੰ ਕੀ ਦਾ ਪਰ ਉਹਨਾਂ ਨੇ ਲਿਖਿਆ ਸੀ ਉਹਨਾਂ ਨੇ ਵੀ ਖੁੱਲ ਕੇ ਇਲਜ਼ਾਮ ਤਰਾਸ਼ੀ ਕੀਤੀ ਭਗਵੰਤ ਮਾਨ ਤੇ ਉਹ ਕਹਿੰਦੇ ਬੇਕਸੂਰ ਮੁੰਡੇ ਚਕਵਾਏ ਲਤੀਫ ਪੁਰਾ ਦਾ ਉਝਾੜਾ ਕਰਵਾਇਆ ਕਈ ਉਹਨਾਂ ਨੇ ਨਿੱਜੀ ਹਮਲੇ ਵੀ ਕੀਤੇ ਨੇ ਮੈਂ ਨਿੱਜੀ ਹਮਲਿਆਂ ਦਾ ਜ਼ਿਕਰ ਨਹੀਂ ਕਰਦਾ ਸਿਆਸੀ ਗੱਲ ਹੈ ਜਿਹੜੀ ਉੱਥੇ ਤੱਕ ਗੱਲ ਸਮਝ ਆਉਂਦੀ ਹੈ ਉਹ ਕਹਿੰਦੇ ਸਾਰੇ ਜਾਣਦੇ ਨੇ ਆਜ਼ਾਦ ਮੁਲਕ ਚ ਕੇਂਦਰ ਦਾ ਗੁਲਾਮ ਤੇ ਸੂਬੇ ਦਾ ਗद्दार ਕੌਣ ਹੈ ਹਾਲਾਂਕਿ ਇੱਕ ਉਹਨਾਂ ਨੇ ਜਨ ਹਿੱਤ ਸੂਚਨਾ ਵੀ نیچے ਲਿਖੀ ਹੈ ਆਪਣੀ ਪੋਸਟ ਚ ਤੇ ਮੈਂ ਉਹ ਵੀ ਨਹੀਂ ਪੜਨੀ ਕਿਉਂਕਿ ਮੈਂ ਨਿੱਜੀ ਦੂਸ਼ਣਬਾਜ਼ੀ ਹੈ ਜਿਹੜੀ ਇੱਕ ਦੂਜੇ ਦੀ ਉਹਦੇ ਚ ਕਦੀ ਨਹੀਂ ਪੈਂਦਾ ਜਿਹੜੀ ਗੱਲ ਸੂਬੇ ਨਾਲ ਸੰਬੰਧਿਤ ਹੈ ਪੋਲੀਟੀਕਲ ਤੌਰ ਦੇ ਉੱਤੇ ਦੇਖਿਆ ਜਾ ਸਕਦਾ ਹੈ ਬੋਲਿਆ ਜਾ ਸਕਦਾ ਉਹ ਗੱਲ ਮੈਂ ਜ਼ਰੂਰ ਕਰਦਾ ਸੋ ਭਗਵੰਤ ਮਾਨ ਤੇ ਤਿੱਖਾ ਸਿਆਸੀ ਹਮਲਾ ਵਿਕਰਮ ਮਜੀਠੀਆ ਨੇ ਵੀ ਕੀਤਾ ਉਹ ਕਹਿੰਦੇ ਲਤੀਫਪੁਰਾ ਦਾ ਉਜਾੜਾ ਕਰਵਾ ਕੇ ਗੱਲਾਂ ਗਦਾਰੀ ਦੀਆਂ ਕਰੋ ਇਹ ਸ਼ੋਭਾ ਨਹੀਂ ਦਿੰਦਾ ਇਹ ਵਿਕਰਮ ਮਜੀਠੀਆ ਹੋਣਾ ਨੇ ਇਹ ਪੋਸਟ ਪਾਈ ਹੈ ਜਿਹੜੀ ਟਵੀਟ ਵੀ ਨਿਸ਼ਚਿਤ ਤੌਰ ਤੇ ਉਹਨਾਂ ਨੇ ਇਹਦਾ ਕੀਤਾ ਹੋਣਾ ਸੋ ਇਸ ਤਰੀਕੇ ਦੀ ਇਹ ਸਿਆਸੀ ਲੜਾਈ ਹੈ ਆਪਸ ਚ ਅੱਗੇ ਵਧ ਰਹੀ ਹੈ ਦਲਾ ਜੀ ਗੱਲ ਆਪਾਂ ਹੁਣ ਕਰ ਲਈਏ ਕਾਂਗਰਸੀ ਇਕਤਾ ਦੀ ਜਿਹੜੀ ਕੱਲ ਬਸ ਵਿੱਚ ਨਜ਼ਰ ਆਈ ਹਾਲਾਂਕਿ ਮੰਚ ਵੀ ਦੇਖਿਆ ਬਹੁਤ ਵੱਡਾ ਮੰਚ ਸੀ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਬੀਬੀ ਰਜਿੰਦਰ ਕੌਰ ਪਠੱਲ ਅਤੇ ਬੀਬੀ ਜੋ ਕਰਮਜੀਤ ਕੌਰ ਦੇ ਨਾਲ ਖੜੇ ਸੀ ਸੋ ਇਕਤਾ ਦਾ ਜਿਹੜਾ ਪ੍ਰਗਟਾਵਾ ਸੀ ਸਾਰਿਆਂ ਨੇ ਆਪਣਾ ਹੱਥ ਚੱਕ ਕੇ ਦਿਖਾਇਆ ਕਿ ਅਸੀਂ ਸਾਰੇ ਕਾਂਗਰਸੀ ਇਕੱਠੇ ਆ ਇਕਤਾ ਸਾਡੇ ਵਿੱਚ ਹੁਣ ਭਰਪੂਰ ਹੈ ਸੋ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਕਿਉਂਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਵੀ ਭਾਸ਼ਣ ਦਿੱਤਾ ਇੱਕ ਵਰਕ ਕਰਦੇ ਤੌਰ ਤੇ ਤੇ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਉਹਨਾਂ ਨੇ ਗੱਲ ਆਖੀ ਹੈ ਸੋ ਕੀ ਲੱਗਦਾ ਹੈ ਕਿ ਇਹ ਜਿਹੜੀ ਮਜ਼ਬੂਤੀ ਦੀ ਰਫ਼ਤਾਰ ਹੈ 2024 ਤੱਕ ਵੀ ਬਰਕਰਾਰ ਰਹਿ ਸਕਦੀ ਹੈ ਜਾਂ ਫਿਰ ਅਸੀਂ ਕਹੀਏ ਕਿ ਸਿਰਫ ਜਿਹੜੇ ਇਹ ਕਾਗਜ਼ ਭਰੇ ਜਾਣੇ ਸੀ ਬੀਬੀ ਕਰਮਜੀਤ ਕੌਰ ਦੇ ਉੱਥੇ ਤੱਕ ਦੀ ਹੀ ਇਹ ਏਕਤਾ ਸੀਗੀ ਤੁਸੀਂ ਕੀ ਕਹਿਣਾ ਚਾਹੋਗੇ ਕਿ 2024 ਦੀਆਂ ਇਲੈਕਸ਼ਨਸ ਤੱਕ ਇਹ ਏਕਤਾ ਬਣੀ ਰਹੇਗੀ ਤੁਹਾਡਾ ਅਨਲਿਸਿਸ ਕੀ ਕਹਿੰਦਾ ਹੈ ਕਾਂਗਰਸ ਪਾਰਟੀ ਨੂੰ ਲੈ ਕੇ ਹਰਜੋਤ ਜੀ ਬਹੁਤ ਦਿਲਚਸਪ ਸਥਿਤੀਆਂ ਕੱਲ ਬਣੀਆਂ ਨਵਜੋਤ ਸਿੰਘ ਸਿੱਧੂ ਜੇਲ੍ਹ ਚੋਂ ਬਾਹਰ ਆ ਕੇ ਬਹੁਤ ਤੇਜ਼ੀ ਦੇ ਨਾਲ ਪੁਰਾਣੇ ਟਕਸਾਲੀ ਕਾਂਗਰਸੀਆਂ ਨੂੰ ਮਿਲ ਰਹੇ ਨੇ ਇਹਨਾਂ ਮੁਲਾਕਾਤਾਂ ਦਾ ਮਕਸਦ ਅਸਲ ਦੇ ਵਿੱਚ ਸਾਰੇ ਕਾਂਗਰਸੀਆਂ ਨੂੰ ਇਕੱਠੇ ਕਰਨ ਦਾ ਕਿਉਂਕਿ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਜਿੰਦਾਬਾਦ ਦਾ ਨਾਅਰਾ ਮਾਰ ਚੁੱਕੇ ਨੇ ਹੁਣ ਸਵਾਲ ਇਹ ਹੈ ਕਿ ਹਲੇ ਤੱਕ ਜਲੰਧਰ ਗਏ ਕੇਪੀ ਪਰਿਵਾਰ ਨੂੰ ਮਿਲੇ ਅਵਤਾਰ ਹੈਨਰੀ ਨੂੰ ਮਿਲੇ ਬਾਵਾ ਹੈਨਰੀ ਨੂੰ ਮਿਲੇ ਬਹੁਤ ਸਾਰੇ ਲੋਕਾਂ ਨੂੰ ਮਿਲੇ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨੂੰ ਵੀ ਮਿਲੇ ਪਰ ਵੱਖਰੇ ਵੱਖਰੇ ਤੌਰ ਦੇ ਉੱਤੇ ਉਹਨਾਂ ਦੇ ਸਾਰੇ ਦੌਰੇ ਸੀ ਕੱਲ ਤੱਕ ਇਹ ਲੱਗ ਨਹੀਂ ਸੀ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਦੂਸਰੀ ਲੀਡਰਸ਼ਿਪ ਨਜ਼ਰ ਆਏਗੀ ਪਰ ਕੱਲ ਜਦੋਂ ਕਾਗਜ਼ ਭਰਨੇ ਸੀ ਬੀਬੀ ਕਰਮਜੀਤ ਕੌਰ ਨੇ ਤੇ ਜਿਹੜੀਆਂ ਤਸਵੀਰਾਂ ਮੰਚ ਤੇ ਬਣੀਆਂ ਇਹ ਤਸਵੀਰਾਂ ਤੁਸੀਂ ਦੇਖ ਵੀ ਰਹੇ ਹੋ ਇਹ ਤਸਵੀਰਾਂ ਬਹੁਤ ਦਿਲਚਸਪ ਨੇ ਮੈਨੂੰ ਲੱਗਦਾ 2022 ਚ ਅਗਰ ਕਾਂਗਰਸ ਦੀ ਇਹ ਤਸਵੀਰ ਬਣਦੀ ਸੱਚੇ ਮਨੋਂ ਸੱਚੇ ਮਨੋਂ ਅਗਰ 2022 ਚ ਵੀ ਇਹ ਤਸਵੀਰ ਬਣਦੀ ਤੇ ਅੱਜ ਚਰਨਜੀਤ ਚੰਨੀ ਵੀ ਮੁੱਖ ਮੰਤਰੀ ਬਣ ਸਕਦੇ ਸੀ ਤੇ ਨਵਜੋਤ ਸਿੰਘ ਸਿੱਧੂ ਵੀ ਮੁੱਖ ਮੰਤਰੀ ਬਣ ਸਕਦੇ ਸੀ ਪਰ 2022 ਤੋਂ ਪਹਿਲਾਂ ਕਾਂਗਰਸੀਆਂ ਨੇ ਇੱਕ ਦੂਸਰੇ ਦੀਆਂ ਸਿਆਸੀ ਲੱਤਾਂ ਖਿੱਚੀਆਂ ਬਹੁਤ سارے ਕਾਂਗਰਸੀ ਲੀਡਰ ਸੀ ਜਿਨ੍ਹਾਂ ਨੇ ਸਿਆਸੀ ਟੋਏ ਪਟੇ ਹੁਣ ਮੈਨੂੰ ਇਹ ਤਾਂ ਨਹੀਂ ਪਤਾ ਕਿ ਉਹਨਾਂ ਟੋਇਆਂ 'ਚ ਡਿੱਗਿਆ ਕੌਣ ਪਰ ਕਾਂਗਰਸ ਜ਼ਰੂਰ ਡਿੱਗੀ ਉਹਨਾਂ ਸਿਆਸੀ ਟੋਇਆਂ 'ਚ ਤੇ ਮੈਂ ਕੱਲ ਇਹ ਵੀ ਦੇਖ ਰਿਹਾ ਸੀ ਹਰਜੋਤ ਜੀ ਕਿ ਸਿਆਸਤ ਦੇ ਵਿੱਚ ਸਬਰ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਸਿਆਸਤ ਦੇ ਵਿੱਚ ਕਈ ਵਾਰੀ ਆਪਣਾ ਸਟੈਂਡ ਲਕੋਣਾ ਪੈਂਦਾ ਹੈ ਕਈ ਲੀਡਰ ਜਿਹੜੇ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚਿੱਠੀ ਲਿਖੀ ਹੈ ਅਨੁਸ਼ਾਸਨ ਦੀ ਕਾਰਵਾਈ ਕਰਾਵਾਂਗੇ ਕੱਲ ਜੀਬ ਜੀ ਦੱਬ ਕੇ ਮਿੱਠੀ ਮਿੱਠੀ ਮੁਸਕਰਾਹਟ ਉਹਨਾਂ ਨੂੰ ਬਖੇਰ ਨਹੀਂ ਪਈ ਪਤਾ ਨਹੀਂ ਕਿੱਥੇ ਗਈ ਅਨੁਸ਼ਾਸਨ ਵਾਲੀ ਚਿੱਠੀ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਬਾਰੇ ਲਿਖੀ ਸੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਸਟੈਂਡ ਉਦੋਂ ਰੱਖਿਆ ਸੀ ਅੱਜ ਵੀ ਨਵਜੋਤ ਸਿੰਘ ਸਿੱਧੂ ਦਾ ਸਟੈਂਡ ਉਹੀ ਹੈ ਨਵਜੋਤ ਸਿੰਘ ਸਿੱਧੂ ਤਾਂ ਅੱਜ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਕੈਪਟਨ ਅਮਰਿੰਦਰ ਦੇ ਰਾਜ ਵੇਲੇ ਮਾਫੀਆ ਰਾਜ ਕਰਕੇ ਕਾਂਗਰਸ ਹਾਰੀ ਚਰਨਜੀਤ ਚੰਨੀ ਦੀ ਸਰਕਾਰ ਵੇਲੇ ਵੀ ਮਾਫੀਆ ਰਾਜ ਤੇ ਸ਼ਕੰਜਾ ਨਹੀਂ ਕੱਸਿਆ ਗਿਆ ਤੇ ਜਿਹੜੇ ਲੋਕ ਪਹਿਲਾਂ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਅਨੁਸ਼ਾਸਨ ਭੰਗ ਕੀਤਾ ਅੱਜ ਉਹ ਸਾਰੇ ਲੋਕ ਬੱਸ 'ਚ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਬੈਠੇ ਸੀ ਤੇ ਏਕਤਾ ਦੀ ਗੱਲ ਦਾ ਝੂਟਾ ਲੈ ਰਹੇ ਸੀ ਬੱਸ ਦੇ ਹਰ ਗੀਅਰ ਦੇ ਨਾਲ ਉਹ ਸੋਚਦੇ ਤਾਂ ਜ਼ਰੂਰ ਹੁੰਦੇ ਨੇ ਕਿਉਂਕਿ ਬੱਸ ਦੇ ਵੀ ਕਈ ਗੀਅਰ ਹੁੰਦੇ ਭਾਈ ਜਿਵੇਂ ਕਾਰਾਂ ਦੇ ਹੁੰਦੇ ਬੱਸ ਦੇ ਹਰ ਗੀਅਰ ਦੇ ਨਾਲ ਉਹ ਸੋਚਦੇ ਤਾਂ ਹੋਣਗੇ ਵੀ ਛੇਤੀ ਛੇਤੀ ਕਾਗਜ਼ ਭਰਨ ਵਾਲਾ ਕੰਮ ਕਰਾ ਦਈਏ ਕਿਤੇ ਕੋਈ ਪੱਤਰਕਾਰ ਸਾਡੇ ਮੂੰਹ ਤੇ ਮਾਈਕ ਲਾ ਕੇ ਨਵਜੋਤ ਸਿੰਘ ਸਿੱਧੂ ਬਾਰੇ ਲਿਖੀ ਗਈ ਚਿੱਠੀ ਬਾਰੇ ਨਾ ਪੁੱਛ ਲੈ ਪਰ ਕਹਿੰਦੇ ਸੱਚ ਤੋਂ ਵੱਡਾ ਸੱਚ ਕੋਈ ਨਹੀਂ ਹੁੰਦਾ ਇਸ ਕਰਕੇ ਨਵਜੋਤ ਸਿੰਘ ਸਿੱਧੂ ਤਾਂ ਬੇਖੌਫ ਸੀ ਪਰ ਕੱਲ ਦੀ ਜਿਹੜੀ ਏਕਤਾ ਸੀ ਕਾਂਗਰਸ ਦੀ ਉਹਦਾ ਸੁਨੇਹਾ ਜਿਹੜੇ ਉੱਥੇ ਮੌਜੂਦ ਲੋਕ ਸੀ ਉਹਨਾਂ ਦੇ ਵਿੱਚ ਬੜਾ ਚੰਗਾ ਗਿਆ ਮੀਡੀਆ ਦੇ ਜ਼ਰੀਏ ਇਹ ਸੁਨੇਹਾ ਜਲੰਧਰ ਦੇ ਲੋਕਾਂ 'ਚ ਪੰਜਾਬ ਦੇ ਲੋਕਾਂ 'ਚ ਵੀ ਗਿਆ ਹੋਊਗਾ ਪਰ ਲੋਕ ਟੈਸਟ ਕਰਨਗੇ ਨਵਾਂ ਕਮੀਜ਼ ਹਮੇਸ਼ਾ ਸੋਹਣਾ ਲੱਗਦਾ ਹੈ ਪਹਿਲੇ ਦਿਨ ਪਾਇਆ ਕਮੀਜ਼ ਹਮੇਸ਼ਾ ਸੋਹਣਾ ਲੱਗਦਾ ਹੈ ਜਦੋਂ ਇੱਕ ਵਾਰੀ ਧੋ ਲੈਨੇ ਆ ਫੇਰ ਪਤਾ ਲੱਗਦਾ ਹੈ ਕਾਲਰ ਦੀ ਕੁਆਲਿਟੀ ਕਿਹੇ ਜੀ ਹੈ ਬੁਕਰਮ ਜੀ ਕਿਹੋ ਜੀ ਲੱਗੀ ਹੈ ਕਾਲਰਾਂ ਤੇ ਪ੍ਰੈਸ ਪ੍ਰੋਸ ਮਾਰੇ ਤੋਂ ਕਿਤੇ ਇਕੱਠਾ ਤਾਂ ਨਹੀਂ ਹੁੰਦਾ ਸੋ ਜਿਹੜੀ ਇਹ ਏਕਤਾ ਵਾਲੀ ਬੱਸ ਸੀ ਇਹ ਬੱਸ ਤਾਂ ਮੁੜ ਗਈ ਹੋਣੀ ਕੱਲ ਸ਼ਾਮ ਨੂੰ ਪਰ ਇਹਦਾ ਮਕਸਦ ਸਮਝਣ ਦਾ ਇਹ ਹੈ ਕਿ ਜਿਹੜਾ ਕੱਲ ਦਿਖਾਵਾ ਕੀਤਾ ਗਿਆ ਕੀ ਉਹ ਦਿਖਾਵਾ ਦਿਲੋਂ ਸੀ ਸੱਚਾ ਸੀ ਜਿਵੇਂ ਸੈਂਟਰ ਚ ਨਵਜੋਤ ਸਿੰਘ ਸਿੱਧੂ ਔਰ ਆਲੇ ਦੁਆਲੇ ਸਾਰੇ ਲੀਡਰ ਔਰ ਸਾਰਿਆਂ ਨੇ ਇੱਕ ਦੂਜੇ ਦੇ ਹੱਥ ਫੜ ਕੇ ਜਦੋਂ ਬਾਵਾ ਚੱਕੀਆਂ ਤੈਂਜ ਲੱਗਦਾ ਸੀ ਕਿ ਕਾਂਗਰਸ ਦੇ ਪੰਜੇ ਨੇ ਜਿਹੜੇ ਉਹਨਾਂ ਦੇ ਵਿੱਚ ਜਾਨ ਆ ਗਈ ਪਰ ਸਵਾਲ ਫਿਰ ਪਰਤੇ ਆ ਕੇ ਖੜਾ ਹੋ ਜਾਂਦਾ ਕਿਉਂਕਿ ਪਿਛਲੇ ਸਮੇਂ ਚ ਅਸੀਂ ਕਈ ਤਜਰਬੇ ਕਾਂਗਰਸੀਆਂ ਦੇ ਦੇਖੇ ਨੇ ਬਸ ਚੋਂ ਉੱਤਰਦਿਆਂ ਦੇ ਕਈ ਵਾਰੀ ਮਨ ਬਦਲ ਜਾਂਦੇ ਲੀਡਰਾਂ ਦੇ ਭਾਈ ਹੁਣ ਇਹ ਆਉਂਦੇ ਦਿਨਾਂ ਚ ਪਤਾ ਲੱਗੂਗਾ ਕਿ ਜੋ ਕੁਝ ਕੱਲ ਵਾਪਰਿਆ ਕਿ ਸੱਚਮੁੱਚ ਕਾਂਗਰਸ ਦੀ ਵੱਡੀ ਲੀਡਰਸ਼ਿਪ ਇਸ ਗੱਲ ਨਾਲ ਸਹਿਮਤ ਹੈ ਕਿ ਨਵਜੋਤ ਸਿੰਘ ਸਿੱਧੂ ਬਿਨਾ ਅਹੁਦੇ ਤੋਂ ਵਰਕਰ ਦੇ ਤੌਰ ਤੇ ਅੱਗੇ ਵਧੂਗਾ ਟਕਸਾਲੀਆਂ ਨੂੰ ਨਾਲ ਲੈ ਕੇ ਲਾਲ ਲਾਲ ਸਿੰਘ ਨੂੰ ਨਾਲ ਲੈ ਕੇ ਮਿੰਦਰ ਕੇਪੀ ਨੂੰ ਨਾਲ ਲੈ ਕੇ ਸ਼ਮਸ਼ੇਰ ਦੂਲੋਂ ਨੂੰ ਨਾਲ ਲੈ ਕੇ ਕਲ ਪ੍ਰਤਾਪ ਬਾਜਵਾ ਰਾਜਾ ਵੜਿੰਗ ਚਰਨਜੀਤ ਚੰਨੀ ਵੀ ਨਜ਼ਰ ਆਏ ਹੁਣ ਕੀ ਇਹ ਸਾਰੇ ਇਕੱਠੇ ਹੋ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਅੱਗੇ ਵਧਣਗੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਕਿਉਂਕਿ ਕੱਲ ਨਜ਼ਰ ਆ ਰਿਹਾ ਸੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਕੱਲ ਪੂਰੇ ਪੰਜਾਬ ਦੇ ਲੋਕਾਂ ਨੇ ਵੇਖਿਆ ਕਿ ਕੱਲ ਦੇ ਸਮਾਗਮ 'ਚ ਇੱਕ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਅਗਵਾਈ ਕੀਤੀ ਭਾਵੇਂ ਕਿ ਆ ਕਿਸੇ ਨੇ ਨਹੀਂ ਨਾ ਨਵਜੋਤ ਸਿੰਘ ਸਿੱਧੂ ਨੇ ਮੰਨਣਾ ਵੀ ਮੈਂ ਅਗਵਾਈ ਕੀਤੀ ਪਰ ਕੀ ਸਾਰੇ ਕਾਂਗਰਸੀ ਇਸ ਗੱਲ ਨਾਲ ਸਹਿਮਤ ਹੋਣਗੇ ਇਹ ਇਹ ਮੰਨਿਆ ਜਾਵੇ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਟੈਲੀਫੋਨ ਤੇ ਸਾਰਿਆਂ ਨੂੰ ਸੁਨੇਹੇ ਲਾਤੇ ਸੀ ਵੀ ਭਾਈ ਤੁਸੀਂ ਕੱਲ ਏਕਤਾ ਵਾਲੀ ਬੱਸ 'ਚ ਬਹਿਣਾ ਬਿਨਾਂ ਟਿਕਟ ਲਏ ਕਿਉਂਕਿ ਇਹ ਬੱਸ ਦਾ ਖਰਚਾ ਤਾਂ ਚੋਣ ਪ੍ਰਚਾਰ 'ਚ ਪੈ ਜਾਣਾ ਜੇ ਤਾਂ ਕਾਂਗਰਸ ਦੀ ਹਾਈ ਕਮਾਂਡ ਨੇ ਐਡੀ ਹਿੰਮਤ ਵਿਖਾਈ ਹੋਈ ਕਿ ਕੱਲੇ-ਕੱਲੇ ਨੂੰ ਟੈਲੀਫੋਨ ਗਿਆ ਹੋਵੇ ਫੇਰ ਤਾਂ ਇਹ ਗੱਲ ਵਜ਼ਨਦਾਰ ਲੱਗਦੀ ਹੈ ਫਿਰ ਤਾਂ ਇਹ ਤਸਵੀਰਾਂ ਦਾ ਪ੍ਰਭਾਵ ਨਜ਼ਰ ਆਊਗਾ ਅਗਰ ਜਿਹਾ ਨਹੀਂ ਹੁੰਦਾ ਅਗਰ ਕੱਲ ਦੀ ਜਿਹੜੀ ਸ਼ਕਤੀ ਪ੍ਰਦਰਸ਼ਨ ਸੀ ਉਹ ਮਹਿਜ਼ ਇੱਕ ਦਿਖਾਵਾ ਸਾਬਤ ਹੋਇਆ ਉਹ ਜੌਂਦੇ ਦਿਨਾਂ ਚ ਪਤਾ ਲੱਗ ਜਾਣਾ ਕਿ ਕੀ ਨਵਜੋਤ ਸਿੰਘ ਸਿੱਧੂ ਜਲੰਧਰ ਚ ਸਰਗਰਮ ਹੁੰਦੇ ਨੇ ਕਿ ਹਰ ਮੰਚ ਚ ਹਰ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਇਸੇ ਤਰ੍ਹਾਂ ਨਜ਼ਰ ਆਉਣਗੇ ਜਦੋਂ ਨਵਜੋਤ ਸਿੰਘ ਸਿੱਧੂ ਪਹੁੰਚਣਗੇ ਪ੍ਰਚਾਰ ਲਈ ਜਾਂ ਰੈਲੀ ਲਈ ਕਿ ਬਾਕੀ ਸਮਕਾਲੀ ਲੀਡਰ ਨਜ਼ਰ ਆਉਣਗੇ ਰਾਜਾ ਵੜਿੰਗ ਹੋਗੇ ਲੀਡਰ ਆਫ অপੋਜੀਸ਼ਨ ਹੋਗੇ ਜਾਂ ਦੂਜੇ ਮੈਂਬਰ ਪਾਰਲੀਮੈਂਟ ਹੋਗੇ ਰਾਣਾ ਗੁਰਜੀਤ ਸਿੰਘ ਹੋਗੇ ਸਾਰੇ ਲੀਡਰ ਵੱਡੇ ਨੇ ਆਪਣੇ ਆਪਣੇ ਪਦਰ ਤੇ ਪਰ ਕੀ ਇਹ ਸਾਰੇ ਇਕੱਠੇ ਆਉਂਦੇ ਦਿਨਾਂ 'ਚ ਰੈਲੀਆਂ 'ਚ ਚੋਣ ਪ੍ਰਚਾਰ 'ਚ ਹੋਣਗੇ ਅਗਰ ਤਾਂ ਇਕੱਠੇ ਹੋਏ ਫਿਰ ਤਾਂ ਕਾਂਗਰਸ ਦੇ ਲਈ ਜਲੰਧਰ 'ਚ ਇਹ ਸ਼ੁਭ ਸੰਕੇਤ ਦੇ ਤੌਰ ਤੇ ਗੱਲ ਦੇਖੀ ਜਾਊਗੀ ਕਿਉਂਕਿ ਮੁਕਾਬਲਾ ਬੜਾ ਸਖਤ ਹੈ ਹਰਜੋਜੀ ਚਾਰ ਕੋਣੀ ਮੁਕਾਬਲਾ ਤਾਂ ਘੱਟੋ ਘੱਟ ਹੈ 2019 ਭੁੱਲ ਜਿਏ ਜਦੋਂ 19 20000 ਵੋਟਾਂ ਨਾਲ ਚੌਧਰੀ ਸੰਤੋਖ ਸਿੰਘ ਜਿੱਤ ਗਏ ਸੀ ਤਿੰਨ ਸਾਲਾਂ ਚ ਬੜਾ ਕੁਝ ਪੰਜਾਬ ਚ ਬਦਲਿਆ ਤਿੰਨ ਸਾਲਾਂ ਚ ਕਿੰਨੀ ਵਾਰੀ ਪਤ ਚੜ ਤੇ ਕਿੰਨੀ ਵਾਰੀ ਬਸੰਤ ਆ ਗਿਆ ਕਿੰਨੀਆਂ ਲੋਹੜੀਆਂ ਆ ਗਈਆਂ ਤੇ ਕਿੰਨੀਆਂ ਦੀਵਾਲੀਆਂ ਆ ਗਈਆਂ ਇਸ ਕਰਕੇ ਤਿੰਨ ਸਾਲਾਂ ਬਾਅਦ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਸੱਤਾ 'ਚ ਬੈਠੀ ਐ ਸੋ ਇਸ ਕਰਕੇ ਘੱਟੋ-ਘੱਟ ਚਾਰ ਕੋਣੀ ਮੁਕਾਬਲਾ ਐ ਸੁਖਵੀਰ ਸਿੰਘ ਬਾਦਲ ਬਸਪਾ ਇਕੱਠੇ ਹੋਏ ਬੈਠੇ ਨੇ ਔਰ 2019 'ਚ ਜਦੋਂ ਬਸਪਾ ਆਪਣੇ ਦਮ ਤੇ ਲੜੀ ਸੀ ਤੇ 2 ਲੱਖ ਤੋਂ ਵੱਧ ਵੋਟਾਂ ਲੈ ਗਈ ਸੀ ਤੇ ਹੁਣ ਜਦੋਂ ਬਸਪਾ ਅਕਾਲੀ ਦਲ ਨਾਲ ਐ ਤੇ ਬਸਪਾ ਤੇ ਅਕਾਲੀ ਦਲ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਨਾ ਕਾਂਗਰਸ ਕਮਜ਼ੋਰ ਮੰਨਦੇ ਨੇ ਕਾਂਗਰਸ ਦੇ ਲੀਡਰ ਨਾ ਬੀਜੇਪੀ ਨੂੰ ਕਮਜ਼ੋਰ ਸਮਝ ਸਕਦੇ ਆ ਚਰਨਜੀਤ ਸਿੰਘ ਢਟਵਾਲ ਦਾ ਪੁੱਤਰ ਉਮੀਦਵਾਰ ਬਣ ਕੇ ਆ ਗਿਆ ਸੁਨਾ ਆਮ ਆਦਮੀ ਪਾਰਟੀ ਇੱਕ ਤੋਂ ਇੱਕ ਕਾਂਗਰਸੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਈ ਤੁਰੀ ਜਾਂਦੇ ਨੇ ਚੈੱਕ ਵੀ ਭਗਵੰਤ ਮਾਨ 4 4 5 5 6 6 ਫੁੱਟ ਵਾਲੇ ਵੰਡੇ ਆ ਇਸ ਕਰਕੇ ਇਹ ਚੋਣ ਬੜੀ ਦਿਲਚਸਪ ਬਣਨ ਵਾਲੀ ਹੈ ਕਾਂਗਰਸ ਦੇ ਪੱਖੋਂ ਇਸ ਕਰਕੇ ਜ਼ਿਆਦਾ ਗੱਲ ਕਰਨੀ ਬਣੀ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਤਾਂ ਕਲਗਵਾਈ ਕਰਦੇ ਦਿਖੇ ਦੂਸਰਾ ਕਾਂਗਰਸ ਇਕੱਠੀ ਦਿਖੀ ਤੇ ਤੀਸਰਾ ਇਸ ਸੀਟ ਕਾਂਗਰਸ ਦੀ ਮੰਨਦੇ ਨੇ ਕਾਂਗਰਸ ਦੇ ਲੀਡਰ ਪੁਰਾਣੇ ਸਮੇਂ ਤੋਂ ਸੋ ਆਪਣਾ ਘਰ ਕਾਂਗਰਸ ਨੇ ਬਚਾਉਣਾ ਇਸ ਵਾਰ ਇੱਕ ਤਰੀਕੇ ਨਾਲ ਹੁਣ ਏਕਤਾ ਕਿੰਨੀ ਲੰਮੀ ਚੱਲੇਗੀ ਇਸ ਏਕਤਾ ਦੀ ਮਿਆਦ ਕਿੰਨੀ ਹੈ ਸਾਰਾ ਕੁਝ ਇਸੇ ਗੱਲ ਤੇ ਤੁਰਿਆ ਉਂਝ ਮੁਬਾਰਕਬਾਦ ਦੇਣੀ ਬਣਦੀ ਹੈ ਕਾਂਗਰਸ ਦੇ ਲੀਡਰਾਂ ਨੂੰ ਕੱਲ ਜਿਸ ਤਰ੍ਹਾਂ ਕਾਂਗਰਸ ਦੇ ਲੀਡਰ ਹਰਜੋਤ ਜੀ ਨਜ਼ਰ ਆਏ ਇਹ ਲੱਗਿਆ ਨਹੀਂ ਕੋਈ ਮਨਮਟਾਵ ਹੈ ਦੇਖੋ ਨਵਜੋਤ ਸਿੰਘ ਸਿੱਧੂ ਤਾਂ ਅਕਸਰ ਬਜ਼ੁਰਗਾਂ ਦੇ ਪੈਰੀ ਹੱਥ ਲਾਉਂਦੇ ਨੇ ਕੱਲ ਮੈਂ ਦੇਖਿਆ ਜਦੋਂ ਉਹਨਾਂ ਨੇ ਬੀਬੀ ਰਜਿੰਦਰ ਕੌਰ ਭੱਟਲ ਦੇ ਗੋਢੀ ਹੱਥ ਲਾਇਆ ਤਾਂ ਇੱਕ ਵੱਡਾ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਵੀ ਇੰਨਾ ਝੁੱਕ ਕੇ ਮਿਲਿਆ ਸ਼ਾਇਦ ਉਹਨੇ ਵੀ ਗੋਢੀ ਹੱਥ ਲਾਈ ਦਿੱਤਾ ਹੋਣਾ ਹੁਣ ਮੈਂ ਭਰੋਸੇ ਨਾਲ ਤਾਂ ਨਹੀਂ ਕਹਿ ਸਕਦਾ ਪਰ ਕੱਲ ਇੱਕ ਦੂਜੇ ਦੇ ਗੋਢੀ ਹੱਥ ਲਾ ਕੇ ਕਾਂਗਰਸੀ ਲੀਡਰਾਂ ਨੇ ਜਿਹੜਾ ਸੁਨੇਹਾ ਦਿੱਤਾ ਕੀ ਆਉਂਦੇ ਦਿਨਾਂ 'ਚ ਬਰਕਰਾਰ ਰਹੂਗਾ ਗੱਲ ਬਸ ਇੱਥੇ ਜਾ ਕੇ ਟਿਕਦੀ ਹੈ ਜੀ ਇਹ ਤਾਂ ਆਮ ਲੋਕ ਵੀ ਮੰਨਦੇ ਨੇ ਕਹਿੰਦੇ ਕੱਲ ਵਾਲਾ ਦਿਨ ਤਾਂ ਬਹੁਤ ਵਧੀਆ ਸੀ ਪਰ ਅੱਜ ਵੀ ਕੀ ਇਸੇ ਤਰ੍ਹਾਂ ਇਕੱਠੇ ਹੋਣਗੇ ਸੋ ਗੱਲ ਕਾਂਗਰਸ ਦੀ ਏਕਤਾ ਤੇ ਆ ਕੇ ਟਿਕ ਗਈ ਜੇ ਕਾਂਗਰਸ ਏਕੇ 'ਚ ਆ ਗਈ ਤੇ ਮੁਕਾਬਲੇ 'ਚ ਆਜੂਗੀ ਜੇ ਕਾਂਗਰਸ ਦਾ ਏਕਾ ਦਿਖਾਵੀ ਹੋਇਆ ਤੇ ਫਿਰ ਮੁਕਾਬਲਾ ਵੀ ਦਿਖਾवटी ਹੋ ਸਕਦਾ ਪਰ ਮੈਂ ਚਾਰ ਕੋਣੀ ਮੁਕਾਬਲਾ ਹਲੇ ਵੀ ਮੰਨਦਾ ਕਿ ਇਹ ਮੁਕਾਬਲਾ ਬਹੁਤ ਸਖਤ ਹੈ ਇਹ ਬਹੁਤ ਫਸਵਾ ਮੁਕਾਬਲਾ ਹੈ ਜਿਵੇਂ ਬਸੰਤ ਵਾਲੇ ਦਿਨ ਪਤੰਗਾਂ ਦੇ ਪੇਛੇ ਨੇ ਇਹ ਅੱਜ ਉਸੇ ਤਰ੍ਹਾਂ ਦੀ ਸਥਿਤੀ ਹੈ ਕੋਈ ਪਤਾ ਨਹੀਂ ਕਿਨੇ ਕਿਹਦਾ ਪਤੰਗ ਕੱਟ ਦੇਣਾ ਹਜੂ ਸਾਰੇ ਮੁੱਦੇ ਕਿਸਾਨੀ ਐਸਸੀ ਸਕਾਲਰਸ਼ਿਪ ਮਲਾਜਮ ਵਪਾਰੀ ਇੰਡਸਟਰੀ ਇਹਨਾਂ ਸਾਰਿਆਂ ਦੇ ਮੁੱਦਿਆਂ ਨੂੰ ਲੈ ਕੇ ਸਭ ਨੇ ਇਹ ਮਹਿਸੂਸ ਕੀਤਾ ਹੈ ਲਾਅਨ ਆਰਡਰ ਨੂੰ ਲੈ ਕੇ ਲੋਕਾਂ 'ਚ ਜਾਣਾ ਔਰ ਲੋਕਾਂ ਨੂੰ ਪਿਛਲੇ 1 ਸਾਲ ਚ ਸਮਝ ਆ ਗਈ ਆ ਜਦ ਆਮ ਆਦਮੀ ਪਾਰਟੀ ਸਰਕਾਰ ਅੰਡਰ ਦ ਲੀਡਰਸ਼ਿਪ ਆ ਭਗਵੰਤ ਮਾਨ ਕੰਟਰੋਲਡ ਬਾਇ ਰਿਮੋਟ ਕੰਟਰੋਲਡ ਬਾਇ ਦਿੱਲੀ ਇਹ ਫੈਸਲੇ ਨਹੀਂ ਰਹਿ ਸਕਦੇ ਸਾਰਾ ਕੁਝ ਹੀ ਇਹਨਾਂ ਨੇ ਸਬਲੈਟ ਦਿੱਲੀ ਨੂੰ ਕੀਤਾ ਹੋਇਆ ਨੌਕਰੀ ਕਹਿੰਦੇ ਪੰਜਾਬੀਆਂ ਨੂੰ ਦੇੜੀਆਂ ਮਗਰ ਚਲਾਉਂਦੇ ਦਿੱਲੀ ਵਾਲੇ ਆ ਔਰ ਨੌਕਰੀ ਵੀ ਬਾਹਰ ਵਾਲਿਆਂ ਨੂੰ ਦੇ ਰਹੇ ਨੌਕਰੀ ਜਿੰਨੀ ਵੀ ਮਿਲ ਰਹੀ ਆ ਛੋਟੇ ਮਾ ਨੰਬਰ 'ਚ ਮਿਲ ਰਹੀ ਮਗਰ ਮਿਲਦੀ ਪ੍ਰਾਇੋਰਟੀ ਬਾਹਰ ਆਲਿਆ ਨੂੰ ਇਹ ਸਾਰੇ ਮੁੱਦੇ ਲੈ ਕੇ ਲੋਕਾਂ ਕੋਲ ਜਾਵਾਂਗੇ ਦਲਾ ਜੀ ਜਦੋਂ ਵੀ ਗੱਲ ਜਲੰਧਰ ਜ਼ਿਮਨੀ ਚੋਣ ਦੀ ਹੋ ਰਹੀ ਹੈ ਤਾਂ ਤੁਸੀਂ ਬਾਰ ਬਾਰ ਚਾਰ ਕੋਣੇ ਮੁਕਾਬਲੇ ਦੀ ਗੱਲ ਕਰ ਰਹੇ ਹੋ ਆਪਾਂ ਗੱਲ ਭਾਜਪੀ ਦੀ ਕਰੀਏ ਤਾਂ 인ਦਰ ਇਕਬਾਲ ਸਿੰਘ ਅਟਵਾਲ ਨੂੰ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਸੋ ਸਾਰੀਆਂ ਪਾਰਟੀਆਂ ਦੀ ਸਥਿਤੀ ਨੂੰ ਸਮਝਣਾ ਚਾਹਾਂਗੇ ਤੁਸੀਂ ਕਿਵੇਂ ਦੇਖਦੇ ਹੋ ਤੁਹਾਡਾ ਐਨਾਲਿਸਿਸ ਕੀ ਕਹਿੰਦਾ ਜੇ ਆਪਾਂ ਮੁਕਾਬਲੇ ਦੀ ਗੱਲ ਕਰਦੇ ਹਾਂ ਤਾਂ ਕੀ ਇਹ ਮੁਕਾਬਲਾ ਚਾਰ ਕੋਣੀ ਹੀ ਨਹੀਂ ਪੰਜਾਂ ਛੇ ਕੋਣੀ ਮੁਕਾਬਲਾ ਵੀ ਹੋ ਸਕਦਾ ਹੈ ਕਿਉਂਕਿ ਪਤਾ ਲੱਗਿਆ ਕਿ ਅਕਾਲੀ ਦਲ ਸੰਯੁਕਤ ਵੱਲੋਂ ਵੀ ਉਮੀਦਵਾਰ ਆਸਾਂ ਦਾ ਸਿਮਰਨਜੀਤ ਸਿੰਘ ਮਾਂ ਦੇ ਉਮੀਦਵਾਰ ਦਾ ਵੀ ਇੰਤਜ਼ਾਰ ਹੈ ਕਿਵੇਂ ਦੇਖ ਦਿਓ ਮੁਕਾਬਲਾ ਕਿੰਨਾ ਕੁ ਤਗੜਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਕਿਸ ਤਰ੍ਹਾਂ ਦਾ ਹੁਣ ਸਿਆਸੀ ਮਾਹੌਲ ਬਣਦਾ ਨਜ਼ਰ ਆ ਰਿਹਾ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਹਰਜੋਤ ਜੀ ਚਾਰ ਕੋਣੀ ਮੁਕਾਬਲਾ ਤਾਂ ਮੈਂ ਮੰਨ ਕੇ ਚੱਲ ਰਿਹਾ ਅੱਜ ਕੱਲ ਨੂੰ ਪੰਜ ਕੋਣੀ ਤੇ 6 ਕੋਣੀ ਵੀ ਇਹਨੇ ਬਣਨਾ ਹੈ ਜਿਸ ਤਰ੍ਹਾਂ ਦੇ ਹਾਲਾਤ ਨੇ ਔਰ ਬਹੁਤ ਥੋੜੀਆਂ ਵੋਟਾਂ ਦੇ ਨਾਲ ਫਰਕ ਐਤਕੀ ਨਤੀਜੇ ਦਾ ਪੈਣਾ ਜਿਵੇਂ ਸੰਗਰੂਰ ਚ ਅਸੀਂ ਦੇਖਿਆ 5-6000 ਤੋਂ ਵੀ ਘੱਟ ਵੋਟਾਂ ਦੇ ਨਾਲ ਫਰਕ ਪਿਆ ਜਿੱਤਣ ਵਾਲੇ ਦਾ ਇੱਥੇ ਵੀ 5-6000 ਦੇ ਵਿੱਚ ਹੀ ਨਤੀਜਾ ਆਉਣ ਦੀ ਉਮੀਦ ਹੈ ਕਿਉਂਕਿ ਜਿੰਨਾ ਜ਼ਿਆਦਾ ਕੋਣੀ ਮੁਕਾਬਲਾ ਹੋਏਗਾ ਓਨਾ ਸੰਘਣਾ ਮੁਕਾਬਲਾ ਹੋਏਗਾ ਔਰ ਉਨੀ ਵੋਟਾਂ ਦੀ ਵੰਡ ਹੋਣੀ ਹੈ ਹੁਣ ਚਾਰ ਕੋਣੀ ਬਣ ਗਿਆ ਇੰਦਰ ਇਕਪਾਲ ਸਿੰਘ ạtਵਾਲ ਆਗੇ ਰਿੰਕੂ ạtਵਾਲ ਉਹਨਾਂ ਦਾ ਛੋਟਾ ਨਾਮ ਹੈ ਭਾਜਪੀ ਵੱਲੋਂ ਚਰਨਜੀਤ ਸਿੰਘ ạtਵਾਲ ਦੇ ਪੁੱਤਰ ਨੇ ਚਰਨਜੀਤ ਸਿੰਘ ạtਵਾਲ ਪਿਛਲੀ ਵਾਰੀ ਅਕਾਲੀ ਦਲ ਦੇ ਉਮੀਦਵਾਰ ਸੀ ਔਰ 19-20000 ਵੋਟਾਂ ਦੇ ਫਰਕ ਨਾਲ ਹਾਰੇ ਸੀ ਇਹਦਾ ਮਤਲਬ ਹੈ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਵੋਟਾਂ ਦੀ ਮਿਲੀ 3 ਲੱਖ ਤੋਂ ਜ਼ਿਆਦਾ ਵੋਟਾਂ ਚਰਨਜੀਤ ਟਟਵਾਲ ਹਾਸਲ ਕਰਕੇ ਗਈ ਸੀ ਹੁਣ ਭਾਜਪੀ ਵੱਲੋਂ ਇੰਦਰ ਇਕਵਾਲ ਸਿੰਘ ਟਟਵਾਲ ਆ ਗਏ ਇਹਦਾ ਮਤਲਬ ਹੈ ਕਿ ਜਦੋਂ ਜਿੰਨਾ ਲੋਕਾਂ ਨੇ ਪਹਿਲਾਂ ਅਕਾਲੀ ਦਲ ਦੇ ਤੌਰ ਤੇ ਟਟਵਾਲ ਦੇ ਪਰਿਵਾਰ ਨੂੰ ਵੋਟ ਪਾਈ ਸੀ ਟਟਵਾਲ ਸਾਹਿਬ ਦੇ ਪਰਿਵਾਰ ਨੂੰ ਉਹ ਅਕਾਲੀ ਵੋਟਰ ਹੁਣ ਵੀ ਇੰਦਰ ਇਕਵਾਲ ਟਟਵਾਲ ਦੇ ਨਾਲ ਵੀ ਵਾਕਿਫ ਤਾਂ ਹੋਣਗੇ ਇਹਦਾ ਮਤਲਬ ਹੈ ਵੋਟਰਾਂ ਦੀ ਵਾਕਫੀ ਤਾਂ ਕਿਤਨਾ ਕਿਤੇ ਹੋਊਗੀ ਟਟਵਾਲ ਹੁਣਾਂ ਨਾ ਹੁਣ ਇੱਥੇ ਦਿੱਕਤ ਇਹ ਵੀ ਹੈ ਕਿ ਕੀ ਅਕਾਲੀ ਦਲ ਦੀ ਵੋਟ ਵੀ ਇੰਦਰ ਇਕਵਾਲ ਨੂੰ ਸ਼ਿਫਟ ਹੋਏਗੀ ਔਟਵਾਲ ਨੂੰ ਸ਼ਿਫਟ ਹੋਏਗੀ ਬਹੁਤ ਗਹਿਰਾਈ ਦੇ ਨਾਲ ਅੰਕਲਨ ਕੀਤੇ ਜਾਣਗੇ ਕੱਪੜਛਾਣ ਕੀਤੇ ਜਾਣਗੇ ਜਦੋਂ ਰਿਜ਼ਲਟ 10 ਤਰੀਕ ਨੂੰ ਵੋਟਾਂ ਪੈਣ ਤੋਂ ਬਾਅਦ ਆਉਣਾ ਹੈ ਮੇਰਾ ਹੀ ਮੰਨਣਾ ਹੈ ਕਿ ਰਿੰਕੂ ਟਵਾਲ ਦੇ ਮੈਦਾਨ ਚੌਂਣ ਤੋਂ ਬਾਅਦ ਮੁਕਾਬਲਾ ਚਾਰ ਕੋਣੀ ਬਣ ਗਿਆ ਇੱਕ ਪਾਸੇ ਸੁਸ਼ੀਲ ਰਿੰਕੂ ਆਪ ਤੋਂ ਰਿੰਕੂ ਟਵਾਲ ਸਾਹਿਬ ਭਾਜਪੀ ਤੋਂ ਬੀਬੀ ਕਰਮਜੀਤ ਕੌਰ ਕਾਂਗਰਸ ਤੋਂ ਔਰ ਅਕਾਲੀ ਦਲ ਤੋਂ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਚਾਰੇ ਉਮੀਦਵਾਰ ਨੇ ਜਿਹੜੇ ਸ਼ੁੱਧ ਰੂਪ ਦੇ ਵਿੱਚ ਅੱਜ ਮੁਕਾਬਲੇ 'ਚ ਬੈਠੇ ਨੇ ਕਿਉਂਕਿ ਸਾਰਿਆਂ ਦੇ ਜਿਹੜੇ ਵੋਟਾਂ ਹਾਸਲ ਕਰਨ ਦੇ ਆਪਣੇ ਆਪਣੇ ਸਮਿਕਰਨ ਨੇ ਬਸਪਾ ਜਦੋਂ ਪਿਛਲੀ ਵਾਰੀ ਚੋਣ ਲੜੀ ਸੀ ਆਪਣੇ ਦਮ ਤੇ 2 ਲੱਖ ਤੋਂ ਵੱਧ ਵੋਟਾਂ ਲੈ ਗਈ ਸੀ ਅਕਾਲੀ ਭਾਜਪਾ ਪਿਛਲੀ ਵਾਰੀ ਇਕੱਠੇ ਸੀ ਐਤਕਿ ਉਹ ਵੱਖਰੇ ਹੋ ਗਏ ਸੋ ਇਸ ਕਰਕੇ ਸ਼ਹਿਰ ਦੇ ਵਿੱਚ ਬੀਜੇਪੀ ਦੇ ਵਿਧਾਇਕ ਪੁਰਾਣੇ ਸਮਿਆਂ ਚ ਰਹੇ ਨੇ ਮੰਤਰੀ ਵੀ ਰਹੇ ਨੇ ਬੀਜੇਪੀ ਦਾ ਕਾਡਰ ਸਰਗਰਮ ਹੈ ਜਲੰਧਰ ਸ਼ਹਿਰ ਦੇ ਵਿੱਚ ਔਰ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਪੰਜਾਬ ਦੇ ਵਿੱਚ ਲੈਂਡ ਆਰਡਰ ਦੇ ਮੱਦੇਨਜ਼ਰ ਉਹਦੇ ਨਾਲ ਜਿਹੜਾ ਸ਼ਹਿਰੀ ਵੋਟਰ ਹੈ ਜਿਹੜਾ ਵਪਾਰੀ ਤਬਕਾ ਹੈ ਸਭ ਤੋਂ ਵੱਧ ਪ੍ਰਭਾਵਮੰਦ ਹੈ ਹੁਣ ਜਿਹੜੀ ਟਰੇਡਰਸ ਦੀ ਵੋਟਰਸ ਦੀ ਉਦਯੋਗਿਕ ਸ਼ਹਿਰ ਜਲੰਧਰ ਦੇ ਸ਼ਹਿਰਾਂ ਦੀ ਵੋਟ ਵੋਟ ਹੈ ਉਹ ਕਿੱਧਰ ਨੂੰ ਵੋਟ ਕਰਦੀ ਹੈ 트ੈਂਡ ਕਰਦੀ ਹੈ ਇਹ ਗੱਲ ਬੜੀ ਦੇਖਣ ਵਾਲੀ ਰਹਿਣੀ ਹੈ ਕਿ ਸਰਕਾਰ ਨਾਲ ਉਹਨਾਂ ਦੀ ਨਾਰਾਜ਼ਗੀ ਰਹੀ ਜਿਸ ਤਰੀਕੇ ਨਾਲ ਸਰਕਾਰ ਨੇ ਲੈਂਡ ਆਰਡਰ ਦੀਆਂ ਸਥਿਤੀਆਂ ਨੂੰ ਨਜਿੱਠਿਆ ਜਾਂ ਉਸ ਸਰਕਾਰ ਦੇ ਲੈਂਡ ਆਰਡਰ ਦੀ ਸਥਿਤੀ ਨਜਿੱਠਣ ਦੇ ਨਾਲ ਬਿਲਕੁਲ ਸੰਤੁਸ਼ਟ ਨੇ ਇਹ ਦੋਨੇ ਫੈਕਟਰ ਨੇ ਜਿਹੜੇ ਸ਼ਹਿਰੀ ਵੋਟ ਨੂੰ ਪ੍ਰਭਾਵਿਤ ਕਰਨਗੇ ਔਰ ਸਾਨੂੰ ਇਹ ਪਤਾ ਹੀ ਹੈ ਕਿ 43% ਵੋਟਰ ਹੈ ਜਿਹੜੀ ਸਾਡੀ ਉਹ ਸਾਡੇ ਰਾਖਵੇਂ ਕਰਨ ਵਾਲੇ ਭਾਈਚਾਰੇ ਦੀ ਹੈ ਇਹ ਬਹੁਤ ਇਹ ਬਹੁਤ ਮਹਨੇ ਰੱਖਦਾ ਹੈ ਜਲੰਧਰ ਦੇ ਵਿੱਚ ਕਿ ਕਿਹੜੀ ਪਾਰਟੀ ਕਿੰਨੇ ਪਰਸੈਂਟ ਵੋਟ ਹਾਸਲ ਕਰਦੀ ਹੈ ਵੋਟ ਪਰਸੈਂਟੇਜ ਦੇ ਨਾਲ ਫੈਸਲਾ ਹੋਣਾ ਹੈ ਔਰ ਇਹ ਵੀ ਪਤਾ ਲੱਗਿਆ ਕਿ ਬੀਬੀ ਜਗੀਰ ਕੌਰ ਔਰ ਸੁਖਦੇਵ ਸਿੰਘ ਢੀਂਡਸਾ ਉਹ ਜਿਹੜਾ ਧੜਾ ਇੱਕ ਸੰਯੁਕਤ ਅਕਾਲੀ ਦਲ ਆਲਾ ਉਹ ਵੀ ਉਮੀਦਵਾਰ ਉਤਾਰਨ ਬਾਰੇ ਸੋਚ ਰਹੇ ਨੇ ਅਗਰ ਉਹਨਾਂ ਦਾ ਧੜਾ ਵੀ ਮੈਦਾਨ 'ਚ ਉਮੀਦਵਾਰ ਲੈ ਕੇ ਆਉਂਦਾ ਤੇ ਵੋਟ ਦੀ ਵੰਡ ਦਾ ਇੱਕ ਜ਼ਰੀਆ ਹੋਰ ਬਣਦਾ ਤੇ ਸਿਮਰਤਜੀਤ ਸਿੰਘ ਮਾਨ ਵੱਲੋਂ ਵੀ ਉਮੀਦਵਾਰ ਆ ਸਕਦਾ ਹੈ ਉਹਨਾਂ ਦੀ ਪਾਰਟੀ ਵੱਲੋਂ ਉਹ ਵੀ ਇੱਕ ਵੋਟ ਹਾਸਲ ਕਰਨ ਵਾਲਾ ਜ਼ਰੀਆ ਬਣਦਾ ਸੋ ਚਾਰ ਕੋਣੀ ਬਣ ਗਈ ਚੋਣ ਪੰਜ 6 ਕੋਣੀ ਬਣਦੇ ਹੀ ਚੋਣ ਜਲੰਧਰ ਦੀ ਬਹੁਤ ਦਿਲਚਸਪ ਮੁਕਾਬਲਾ ਹੋਣਾ ਹੈ ਇਹ ਵਿਕਾਰੀ ਸੀਟ ਹੈ 2024 2024 ਦਾ ਸ਼ੀਸ਼ਾ ਸਾਨੂੰ ਹੁਣੇ ਦਿਖ ਜਾਣਾ ਹੈ ਪ੍ਰਤਿਬਿੰਬ 2024 ਦੀਆਂ ਚੋਣਾਂ ਦਾ ਹੁਣ ਨਜ਼ਰ ਆਉਣਾ ਹੈ ਸੋ ਕੋਈ ਵੀ ਪਾਰਟੀ ਕਿਸੇ ਕੀਮਤ ਤੇ ਇਹ ਚੋਣ ਹਾਰਨਾ ਨਹੀਂ ਚਾਹੂਗੀ ਸੋ ਡੱਲਾ ਜੀ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਹੈ ਮੁਆਵਜ਼ੇ ਦੇ ਚੈੱਕ ਵੰਡੇ ਗਏ ਨੇ ਮਾਲਵੇ ਦੇ ਸਰਹੱਦੀ ਖੇਤਰਾਂ ਦੇ ਵਿੱਚ ਚੈੱਕਾਂ ਦੀ ਆਪਾਂ ਗੱਲ ਕਰੀਏ ਤਾਂ 4-4 5-5 ਫੁੱਟ ਦੇ ਜਿਹੜੇ ਇਹ ਚੈੱਕ ਸੀ ਅੰਦਾਜ਼ਾ ਸੀ ਕਹਿ ਸਕਦੇ ਹਾਂ ਬਾਕੀ ਭਗਵੰਤ ਮਾਨ ਇਹਨਾਂ ਚੈੱਕਾਂ ਨੂੰ ਲੈ ਕੇ ਪ੍ਰਚਾਰ ਵੀ ਖੂਬ ਕਰ ਰਹੇ ਨੇ ਕਿ ਮੁਆਵਜ਼ਾ ਵੰਡਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਪਰ ਦੂਜੇ ਪਾਸੇ ਜੇ ਆਪਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਕਿਸਾਨ ਫਿਰ ਵੀ ਹਲੇ ਨਰਾਜ਼ ਕਿਉਂ ਨੇ ਕਿਉਂਕਿ ਉਨਦੀ 18 ਤਰੀਕ ਨੂੰ ਧਰਨੇ ਜੋ ਹੈ ਲਗਾਣ ਲੱਗੇ ਨੇ ਕਿਸਾਨ ਸੋ ਜ਼ਰੂਰ ਇਸ ਬਾਰੇ ਵੀ ਤੁਹਾਡੇ ਤੋਂ ਪੂਰੀ ਜਾਣਕਾਰੀ ਚਾਹਾਂਗੇ 18 ਤਰੀਕ ਨੂੰ ਰੇਲ ਰੋਕਣ ਦਾ ਜੋ ਹੈ ਐਲਾਨ ਕੀਤਾ ਗਿਆ ਕਿਸਾਨਾਂ ਵੱਲੋਂ ਉਹ ਮੁਆਵਜ਼ੇ ਤੋਂ ਸੰਤੁਸ਼ਟ ਨਹੀਂ ਅਜੇ ਨਹੀਂ ਤਾਂ ਕਿਉਂ ਸੰਤੁਸ਼ਟ ਨਹੀਂ ਨੇ ਉਹ ਸੋ ਗੱਲ ਖੜੀ ਕਿੱਥੇ ਆ ਕਿਉਂਕਿ ਭਗਵੰਤ ਮਾਨ ਲਗਾਤਾਰ ਕਹਿ ਰਹੇ ਨੇ ਜੋ ਕੁਝ ਉਹਨਾਂ ਦੀ ਸਰਕਾਰ ਨੇ ਹੁਣ ਕੀਤਾ ਅੱਜ ਤੋਂ ਪਹਿਲਾਂ ਜਾਂ ਇਸ ਤੋਂ ਪਹਿਲਾਂ ਕਿਸੇ ਵੀ ਪਿਛਲੀਆਂ ਸਰਕਾਰਾਂ ਨੇ ਅਜਿਹਾ ਨਹੀਂ ਕੀਤਾ ਸੋ ਕਿਸਾਨ ਕਹਿੰਦੇ ਨੇ ਕਿ ਮੁਆਵਜ਼ਾ ਹੋਰ ਵਧਾਓ ਕੀ ਕਹੋਗੇ ਤੁਸੀਂ ਹਰਜੋਤ ਜੀ ਆਖਰਕਾਰ ਚੈੱਕ ਵੰਡਣੇ ਸ਼ੁਰੂ ਹੋਗੇ ਉਂਝ ਭਗਵੰਤ ਮਾਨ ਨੇ 6 ਸਤ ਅਪ੍ਰੈਲ ਨੂੰ ਖਾਤਿਆਂ ਚ ਡਾਇਰੈਕਟ ਬੈਂਕ ਟ੍ਰਾਂਸਫਰ ਹੋਣ ਦੀ ਗੱਲ ਪਹਿਲਾਂ ਕੀਤੀ ਸੀ ਜਦੋਂ ਉਹ ਫਜ਼ਿਲਕਾ ਗਏ ਸੀ ਤੇ ਕਾਰ ਦੇ ਉੱਤੇ ਚੜ ਗਏ ਸੀ ਮਾਈਕ ਹੱਥ ਚ ਫੜ ਲਿਆ ਸੀ ਲਾਊਡ ਸਪੀਕਰ ਹੱਥ ਚ ਫੜ ਲਿਆ ਸੀ ਪਰ ਚਲੋ देर आए दुरुਸਤ ਆਏ ਹੁਣ ਕੱਲ 13 ਅਪ੍ਰੈਲ ਕੱਲ ਉਹਨਾਂ ਨੇ ਚੈੱਕ ਵੰਡੇ ਇੱਕ ਸਮਾਗਮ ਦੇ ਵਿੱਚ ਔਰ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਨਾਲ ਕਿਸਾਨਾਂ ਦੇ ਖਾਤਿਆਂ 'ਚ ਵੀ ਪੈਸੇ ਜਾਣ ਦਾ ਰਾਹ ਪੱਧਰਾ ਹੋ ਜਾਊਗਾ ਸੋ 20 ਦਿਨਾਂ ਦੇ ਅੰਦਰ ਅੰਦਰ ਫਸਲ ਖਰਾਬ ਹੋਣ ਦੇ 20 ਦਿਨਾਂ ਦੇ ਅੰਦਰ ਅੰਦਰ ਖਾਤਿਆਂ 'ਚ ਪੈਸੇ ਜਾਣ ਦਾ ਜਾਂ ਚੈੱਕ ਮਿਲਣ ਦਾ ਦੌਰ ਸ਼ੁਰੂ ਹੋਣ ਦਾ ਦਾਵਾ ਕੀਤਾ ਗਿਆ ਔਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰੀ ਹੈ ਕਿ ਫਸਲ ਖੇਤਾਂ ਚ ਪਰ ਪੈਸਾ ਖਾਤੇ ਚ ਸੋ ਚੈੱਕ ਲੱਗ ਜਾਣਗੇ ਜਿਹੜੇ ਕੱਲ ਦਿੱਤੇ ਨੇ ਮੈਨੂੰ ਲੱਗਦਾ ਇੱਕ ਦਿਨ ਚ ਲੱਗ ਜਾਂਦੇ ਨੇ ਕਈ ਵਾਰੀ ਸਰਕਾਰੀ ਬੈਂਕਾਂ ਚ ਦੋ ਦੋ ਤਿੰਨ ਤਿੰਨ ਦਿਨ ਵੀ ਲੱਗ ਜਾਂਦੇ ਨੇ ਪਰ ਇਹ ਵੀ ਨਹੀਂ ਪਤਾ ਚੈੱਕ ਸੰਕੇਤਕ ਹਾਣੂ ਉਹਦਾ ਚੈੱਕ ਵੱਡੇ ਬਹੁਤ ਸੀ ਪੈਸੇ ਪੱਖੋਂ ਨਹੀਂ ਕਹਿ ਰਿਹਾ ਮੈਂ ਲੰਬਾਈ ਪੱਖੋਂ ਕਹਿ ਰਿਹਾ ਸੋ 4 4 5 5 6 6 ਫੁੱਟ ਲੰਬੇ ਵੀ ਚੈੱਕ ਸੀਗੇ ਇਹ ਜਿਹੜੇ ਸਟੇਜ ਤੇ ਦਿੱਤੇ ਕਿਉਂਕਿ ਜਦੋਂ ਚੈੱਕ ਚੱਕਿਆ ਜਾਂਦਾ ਸੀ ਤੇ ਤਿੰਨ ਚਾਰ ਲੋਕ ਚੈੱਕ ਮੂਰੇ ਲੁੱਕ ਜਾਂਦੇ ਸੀ ਖੜੇ ਸੋ ਚੜਾਈ ਵੀ ਹੋਣੀ 2 2.5 ਫੁੱਟ 3 ਫੁੱਟ ਦੀ ਚੜਾਈ ਵੀ ਹੋਣੀ ਹੈ ਸੋ ਬਾਵਾ ਵੱਡੇ ਚੈੱਕ ਸੀ 1,20,000 ਦਾ ਚੈੱਕ ਸੀ ਜਿਨ੍ਹਾਂ ਦਾ ਜਿਨ੍ਹਾਂ ਦੇ ਮਕਾਨ ਮਕਾਨ ਨੁਕਸਾਨੇ ਗਏ ਉਹਨਾਂ ਦੇ ਲਈ ਇੱਕ ਵੱਡੀ ਰਾਹਤ ਹੈ ਤੇ ਜਿਨ੍ਹਾਂ ਦਾ ਫਸਲਾਂ ਦਾ ਖਰਾਬਾ ਹੋਇਆ ਹੈ ਉਹਨਾਂ ਨੂੰ ਲੱਖਾਂ ਰੁਪਏ ਦੇ ਉਹਨਾਂ ਨੂੰ ਵੀ ਚੈੱਕ ਦਿੱਤੇ ਗਏ ਪ੍ਰਤੀ ਏਕੜ 15,000 ਰੁਪਏ ਜਿਹਦੀ ਮੁਕੰਮਲ ਫਸਲ ਖਰਾਬ ਹੋਈ ਹੈ ਸੋ ਭਗਵੰਤ ਮਾਨ ਕਹਿੰਦੇ ਵੀ ਇਹ ਇਤਿਹਾਸ ਇਤਿਹਾਸਿਕ ਦੇਣਾ ਹੈ ਤੇ ਅਬੋਰ ਤੋਂ ਉਹ ਕਹਿੰਦੇ ਰਕਮ ਜਾਰੀ ਹੋਣੀ ਸ਼ੁਰੂ ਹੋ ਗਈ ਹੈ। ਔਰ ਹੁਣ ਅਗਲੇ ਕਿੰਨੇ ਦਿਨਾਂ ਚ ਸਾਰੀ ਕਿਸਾਨੀ ਨੂੰ ਮੁਆਵਜ਼ਾ ਮਿਲੇਗਾ ਇਹਦੇ ਉੱਪਰ ਗੱਲ ਕਰਨੀ ਇਸ ਵਕਤ ਬਣਦੀ ਹੈ। ਕੀ ਅਗਲੇ 7-8 ਦਿਨਾਂ ਚ ਸਾਰੀ ਕਿਸਾਨੀ ਨੂੰ ਮੁਆਵਜ਼ਾ ਮਿਲੇਗਾ ਜਾਂ ਸਾਨੂੰ ਫੇਰ ਕਿਸਾਨ ਧਰਨੇ ਦੇਖਣ ਨੂੰ ਮਿਲਣਗੇ ਕਿ ਸਾਨੂੰ ਮੁਆਵਜ਼ਾ ਨਹੀਂ ਮਿਲਿਆ। ਉਂਝ ਕੱਲ ਵੀ ਪੰਜਾਬ ਚ ਕਈ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਧਰਨੇ ਲੱਗੇ ਰਹੇ। ਔਰ ਉਧਰ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕਰਤਾ 18 April ਨੂੰ ਇੱਕ ਤਾਂ ਉਹ ਕਹਿੰਦੇ ਜਿਹੜਾ ਫਸਲਾਂ ਦਾ ਮੁਆਵਜ਼ਾ ਹੈ ਖਰਾਬੇ ਦਾ ਪ੍ਰਤੀ ਏਕੜ 50000 ਰੁਪਏ ਦੇ ਹਿਸਾਬ ਨਾਲ ਦਿਓ ਹਾਲਾਂਕਿ ਦਿੱਲੀ ਮਾਡਲ ਹੈ ਜਿਹੜਾ ਉਹ ਵੀ 20000 ਪ੍ਰਤੀ ਏਕੜ ਦਿੰਦਾ ਪਰ 50000 ਪ੍ਰਤੀ ਏਕੜ ਮੈਨੂੰ ਲੱਗਦਾ ਸਰਕਾਰ ਦੀ ਸਮਰੱਥਾ ਨਹੀਂ ਹੋਣੀ ਇੰਨੀ ਫਿਰ ਵੀ ਇਹ ਕਿਸਾਨਾਂ ਦੀ ਮੰਗ ਹੈ ਸੰਯੁਕਤ ਕਿਸਾਨ ਮੋਰਚਾ ਦੀ ਔਰ ਉਹਨਾਂ ਨੇ 12 ਵਜੇ ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਕਰਨਾ ਹੈ 18 April ਨੂੰ ਔਰ ਜਿਹੜਾ ਵੈਲਿਊ ਕੱਟ ਲੱਗਿਆ ਉਹਦੇ ਲਈ ਵੀ ਉਹ ਨਾਰਾਜ਼ ਨੇ ਕਿਤਨਾ ਕਿਤੇ ਕੇਂਦਰ ਸਰਕਾਰ ਤੋਂ ਵੀ ਨਾਰਾਜ਼ ਨੇ ਸੋ ਹੁਣ ਵੇਖਦੇ ਆਂ ਭਾਵੇਂ ਕੇਂਦਰ ਸਰਕਾਰ ਨੇ ਜਿਹੜਾ 18% ਤੱਕ ਦੀ ਛੋਟ ਵੀ ਦਿੱਤੀ ਹੈ ਜਿਨ੍ਹਾਂ ਦਾ ਦਾਣਾ ਵਗੈਰਾ ਖਰਾਬ ਹੋਇਆ ਕਣਕ ਦਾ ਪਰ ਆਉਂਦੇ ਦਿਨਾਂ 'ਚ ਇਹ ਸਥਿਤੀਆਂ ਹਰਜੋਤ ਜੀ ਹੋਰ ਸਪਸ਼ਟ ਹੋਣਗੀਆਂ ਕਿ ਭਗਵੰਤ ਮਾਨ ਨੇ ਜਿਹੜਾ ਮੁਆਵਜ਼ਾ ਦੇਣ ਦੀ ਸ਼ੁਰੂਆਤ ਕੀਤੀ ਹੈ ਕਿੰਨੇ ਕ ਕਿਸਾਨਾਂ ਨੂੰ ਸੰਪੂਰਨ ਰੂਪ 'ਚ ਮੁਆਵਜ਼ਾ ਮਿਲਦਾ ਹੈ ਕਿਉਂਕਿ ਸਰਕਾਰਾਂ ਦੀ ਕਰਨੀ ਤੇ ਕਹਿਣੀ 'ਚ ਫਰਕ ਹੁੰਦਾ ਹੈ ਸ਼ੁਰੂਆਤ ਚੰਗੀ ਹੋ ਗਈ ਚੈੱਕ ਦੇਖ ਲਿਆ ਸੀ ਜਾਣ ਲੱਗ ਕੇ ਕਿੰਨੇ ਦਿਨਾਂ ਚ ਸਾਰੀ ਕਿਸਾਨੀ ਨੂੰ ਮੁਆਵਜ਼ਾ ਮਿਲਦਾ ਗੱਲ ਇੱਥੇ ਆ ਕੇ ਖੜ ਦੀ। ਸੋ ਅੱਜ ਤੋਂ ਇਹ ਮੁਆਵਜ਼ਾ ਸ਼ੁਰੂ ਹੈ ਪਹਿਲੀ ਵਾਰ ਹੋ ਰਿਹਾ ਜੀ। ਇੱਥੇ ਕੁਝ ਅਕਾਲੀ ਵਾਲੇ ਵੀ ਆਏ ਹੋਣੇ। ਕਾਂਗਰਸੀ ਵੀ ਬੈਠੇ ਹੋਣੇ। ਚਲੋ ਕੋਈ ਨਹੀਂ ਸਾਡੇ ਭਰਾ ਹੀ ਨੇ। ਉਹਨਾਂ ਨੂੰ ਕਹਿ ਦਿੰਨਾ ਮੈਂ ਦੱਸ ਦਿਓ ਉਹਨਾਂ ਨੂੰ ਹੁਣ। ਇਹ ਪਹਿਲੀ ਵਾਰ ਹੋ ਰਿਹਾ 20 ਦਿਨਾਂ ਚ ਪੈਸੇ ਪਾਣੇ ਸ਼ੁਰੂ ਹੋ ਗਏ। ਪਹਿਲਾਂ ਇੱਕ ਕਿਸਾਨ ਮੈਨੂੰ ਮਿਲਿਆ। ਕਹਿੰਦਾ 20 ਦਿਨਾਂ ਚ ਪੈਸੇ ਕੱਲ ਨੂੰ ਪੈਸੇ ਆ ਗਏ ਹੁਣੇ ਰਾਤ ਉਹਦੇ ਖਾਤੇ 'ਚ ਪੈ ਗਏ ਹੁਣੇ ਕਿਉਂਕਿ ਅੱਜ ਤੋਂ ਚੱਲ ਪਿਆ ਕੰਮ ਕੱਲੇ ਅੱਜ ਦੇ ਦਿਨ 'ਚ ਪੂਰੇ ਪੰਜਾਬ 'ਚ 40 ਕਰੋੜ ਰੁਪਇਆ ਖਾਤਿਆਂ 'ਚ ਪੈ ਗਿਆ ਅੱਜ ਦੇ ਦਿਨ 'ਚ ਇਦਾਂ ਹੀ ਕੱਲ ਨੂੰ ਪਊਗਾ ਇਦਾਂ ਹੀ ਬਰਸੋਂ ਨੂੰ ਇਹ ਹੁਣ ਚੱਲਦਾ ਰਹੂਗਾ ਕੱਲੇ ਅਬੋਰ ਦੇ ਵਿੱਚ ਮੇਰੇ ਕੋਲ ਲਿਸਟ ਦਿੱਤੀ ਹੈ ਮੈਨੂੰ ਅਫਸਰਾ ਨੇ ਫਾਜ਼ਿਲ ਕਾ 146 ਪਿੰਡ ਜਲਾਲਾਬਾਦ ਦੇ 134 ਪਿੰਡ ਅਬੋਰ ਦੇ 82 ਪਿੰਡ ਕੁੱਲ 362 ਪਿੰਡਾਂ ਦੀ ਜਿਹੜੀ ਖਰਾਬੇ ਵਾਲੀ ਫਸਲ ਹੈ ਉਹਦਾ ਟੋਟਲ ਜਿਹੜਾ ਬਣਦਾ ਸੀ 12 ਕਰੋੜ 94 ਲੱਖ 79600 ਜਾਨੀ ਕਿ 12 ਕਰੋੜ 94 ਲੱਖ 80000 ਬਣਦਾ ਸੀ ਟੋਟਲ ਪੂਰਾ ਜਿੰਨਾ ਗਰਦੋਰੀ ਹੁਣ ਤੱਕ ਆਈ ਹੈ ਉਹਦੇ ਚੋਂ ਅਸੀਂ 6 ਕਰੋੜ ਰੁਪਈਆ ਅੱਜ ਤੱਕ ਜਾਰੀ ਕਰਤਾ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਸਾਰੀਆਂ ਹੀ ਖਬਰਾਂ ਦੇ ਉੱਪਰ ਅਨਾਲਿਸਿਸ ਕਰਕੇ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਲਗਾਤਾਰ ਤੁਸੀਂ ਜੁੜਦੇ ਹੋ ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ